गई। आ देखो लो जी भाई, भजन भाई दे पकौड़े देखो भाई। भजन भाई घर का नहीं काम करता होना तू कोई यह जा, तू ही करता होना घर दे नहीं करते होने। मैं घर दे नहीं करते जी, कई बार एक ना समान बनाना जी, सब कुछ बनाई जी आपे ही। खाओ जी भाई पकौड़े गर्मा गर्म। पालक के पकौड़े भाई जी। भजन भाई जिहड़ी चीज दे मर्जी बनवा ला पकौड़े दे, कोई चीज दा मना नहीं करदा तू है ना। हां भाई जिहड़ी मर्जी चीज बनवा लो जी, बना सकदे जी आपां। जी श्री अकाल जी भाई, सारयां नूं स्वागत है जी तुहाडा साडे YouTube चैनल ते, ते नवे ब्लॉग च वी तुहाडा स्वागत है जी। ठंड बहुत है भाई, मैं कहना 10 दिन हो गया सूरज देखे नूं, धुप निकलदी नहीं। तुहानूं पता बाहर अंदर किते वी जा नहीं हुंदा, जिथे कम खड़ा तां उत्थे ही खड़ा। अज पहुंचे होए ते दीपू के प्लाट ते, उत्थे अपने भजन भाई भी आ गया था, ठंड थी वेले ते मैं चल भजन भाई नूं कहां पकौड़े ही बना ला, होर नहीं कुछ। भजन भाई लग्या अंदर पकौड़े कढ़न, दिखाउने तुहानूं भजन भाई इत्थे काहदे वाले पकौड़े खिला रहा सानूं, ठंड बहुत आ। मैं चल वेले आ, भजन भाई कहिंदा चल भाई पकौड़े कढ़ लैंदे आ। एक मेरे वीर दा बहुत ज़्यादा, उन्हें दो तीन वीडियो मेरे वीर ने कमेंट करे, एक ने नौ तो मैंने पता नहीं भी आई डी क्या नौ ते आ, बई ने कमेंट ये करें कहना भाई निंदर भीर तू बाहर ते भजन के नाम से पैसे मंगवा के खा गया। बई पहला तो गल यही है जी, एक भीर ने भीरे बाहर से साडा नंबर लिया था, एको भीर ने लिया था, चलो अभी कहा था जरूर कहा था अभी कहने, पर बई ने साडा नंबर लिया था, असं भीर जवाब देता था भीरे तू पैसे ना पाई, भजन भाई ठीक आ कोई यह जी गल नहीं हैगी। बाकी मेरे भीर होर फिर दूए दिन कमेंट करे उन्हें वीडियो, दूई वीडियो फिर दूए दिन, मैं सब पहले दिन दसिया उन्हें, दूए दिन फिर कमेंट आया कहना भाई तुसीं भजन बाई दे पैसे खा के तुसीं कपड़े खरीदते फिरते हैं, शॉपिंगा करते फिरते हैं, बहुत कुछ कहा जानी ने बाई ने, चलो कोई नहीं बई। जानी बई आपां नूं जे भजन बाई दे पैसे आए हुंदे, भजन बाई बाकी भजन बाई अपने कोले आ, भजन बाई नूं पुछ लैने आ। ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਜੀ। ਹੋਰ ਭਜਨ ਬਾਈ ਬਹੁਤ ਵਧੀਆ ਜੀ। ਬਾਈ ਦੇ ਮੈਂ ਕਮੈਂਟਾਂ ਦੀ ਗੱਲ ਕਰਦਾ, ਬਾਈ ਦੇ ਮੈਂ ਕਮੈਂਟ ਕਰਿਆ ਤਾਂ ਜਿਹੜੇ ਨੇ ਵੀਰ ਨੇ ਕਹਿੰਦਾ ਬਾਈ ਭਜਨ ਦੇ ਨਾਂ 'ਤੇ ਤੁਸੀਂ ਪੈਸੇ ਮੰਗਾ ਕੇ ਖਾਈ ਜਾਂਦੇ ਬਾਹਰ 'ਤੇ। ਬਾਈ ਗਲਤ ਕਮੈਂਟ ਨਹੀਂ ਜੀ ਕਰਨਾ ਚਾਹੀਦਾ, ਨਿੰਦਰ ਬਾਈ ਇਹ ਸਾਡਾ ਇਹੋ ਜਿਹਾ ਹੈ ਨਹੀਂ ਜੀ। ਬਾਈ ਮੈਂ ਜੇ ਅਗਰ ਆਉਣਗੇ ਵੀ ਆਪਾਂ ਨੂੰ ਦਊਂਗਾ ਜੀ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਹਾਂਜੀ ਮੈਂ ਬਾਈ ਉਹ ਬੰਦੇ ਨੂੰ ਸ਼ਾਦੀ 'ਚ ਸਪੈਸ਼ਲ ਬਾਹਰ 'ਤੇ, ਬੰਦਾ ਅਮਰੀਕਾ 'ਚ ਪਤਾ ਨਹੀਂ ਮੇਰਾ ਵੀਰ ਕਿੱਥੇ ਆ, ਉਹਨੇ ਫੋਨ ਕਰਿਆ ਕਹਿੰਦਾ ਵੀ ਬਾਈ ਨਿੰਦਰ ਬਾਈ ਦੇ ਮੈਨੂੰ ਅਕਾਊਂਟ ਨੰਬਰ ਦਿਓ, ਮੈਂ ਪੈਸੇ ਭੇਜਣ ਲੱਗਿਆ। ਮੈਂ ਉਹਨੂੰ ਸਭ ਕੁਝ ਜਵਾਬ ਦਿੱਤਾ, ਮੈਂ ਨਹੀਂ ਬਾਈ ਭਜਨ ਬਾਈ ਠੀਕ ਆ, ਕੋਈ ਗੱਲ ਨਹੀਂ ਜੇ ਲੋੜ ਪਈ ਤਾਂ ਤੈਨੂੰ ਜ਼ਰੂਰ ਦੱਸਾਂਗੇ। ਬਾਈ ਉਹ ਵੀਰ ਨੇ ਕਮੈਂਟ ਕਰਕੇ ਕਿਹਾ ਮੈਨੂੰ ਕਹਿੰਦਾ ਬਾਈ ਤੂੰ ਕੱਪੜੇ ਖਰੀਦਦਾ ਫਿਰਦਾ ਹੈ। ਗਲਤ ਕਮੈਂਟ ਨਹੀਂ ਕਰਨੇ ਚਾਹੀਦੇ। ਹਾਂ ਬਾਕੀ ਚੱਲ ਕੋਈ ਨਹੀਂ, ਜੇ ਕਹਿੰਦਾ 70-100 ਚੋਂ ਮਾੜਾ ਮੋਟਾ ਤਾਂ ਕੰਮ ਹੁੰਦਾ ਹੀ ਰਹਿੰਦਾ ਇਹ ਕਮੈਂਟਾਂ ਵਾਲਾ, ਗਲਤ ਮਿਲਤ ਵਾਲਾ। ਮਾਣੀ ਬਾਬੇ ਦੀ ਕਿਰਪਾ ਅੱਜ ਤੱਕ ਤਾਂ ਬਾਈ ਆਇਆ ਨਹੀਂ, ਚਲੋ ਗਲਤ ਕਮੈਂਟ ਤਾਂ ਉਹ ਵੀ ਨਹੀਂ ਹੈਗਾ, ਜਿਹੜੀ ਉਹ ਬਾਈ ਦੀ ਵੀ ਗੱਲ, ਚਲੋ ਐਵੇਂ ਇਹਨੂੰ ਬਾਈ ਨੇ ਆਪਾਂ ਨੇ ਦੱਸਿਆ ਨਹੀਂ ਨਾ ਮੁੜ ਕੇ। ਹਾਂਜੀ ਬਾਈ ਵੀ ਆਪਣੀ ਜਗ੍ਹਾ ਸਹੀ ਆ ਜਿਹਨੇ ਕਮੈਂਟ ਕਰਿਆ, ਉਹਨੂੰ ਇਹ ਹੋ ਗਿਆ ਵੀ ਭਾਈ ਜਿੰਦਰ ਉਹਦੇ ਪੈਸੇ ਮੰਗਵਾ ਲਏ, ਮੁੜ ਕੇ ਭਾਈ ਜਿੰਦਰ ਉਹਦੇ ਵੀਡੀਓ ਨਹੀਂ ਪਾਈ ਕੋਈ ਨੇ ਵੀਡੀਓ। ਬਾਈ ਮੈਂ ਹੁਣ ਭਾਜਨ ਤੁਸੀਂ ਮੰਨੂਗੇ ਨਹੀਂ, ਮੈਂ ਭਾਜਨ ਬਾਈ ਨੂੰ ਪੁੱਛ ਤੁਹਾਡੇ ਮੂੰਹ 'ਤੇ ਖੜਾ ਭਾਜਨ ਬਾਈ, ਮੈਂ ਚਲੋ ਇਹਦੇ ਤਾਂ ਕਿਆ ਹੋਆ ਲੈਣੇ ਤਾਂ ਕਿਸੇ 'ਤੇ ਕਿਆ ਅਤੇ ਖਾਣੇ ਤਾਂ ਕਿਆ, ਅਤੇ ਮੈਂ ਸਭ ਕੋਲ ਆਪਣੇ ਕੋਲ 'ਤੇ ਵੀ ਇਹਨੂੰ ਦਵਾਈ ਦਵਾਉਂਦਾ ਰਿਹਾ ਤੁਹਾਡੇ ਮੂੰਹ 'ਤੇ ਖੜਾ, ਮੈਂ ਲੈ ਕੇ ਜਾਂਦਾ ਰਿਹਾ। ਕੋਈ ਇਹਨੂੰ ਕਿਹਾ ਵੀ ਮੀਟ 'ਤੇ ਨੇ ਬੱਕਰੇ ਦੇ ਖਰੌੜੇ ਜੇ ਖਾਧੇ 3-4 ਦਿਨ, ਕੋਈ ਗੱਲ ਨਹੀਂ ਭਾਜਨ ਬਾਈ ਖਾ ਮੈਂ ਤੇਰੇ ਨਾਲ ਹਾਂ, ਕੋਈ ਗੱਲ ਤੇਰਾ ਰੁਪਈਆ ਨਹੀਂ ਕੱਟੂੰਗਾ ਭਾਵੇਂ ਮੇਰੇ ਕਸੀਜਨ ਲਾਉਣਾ, ਕਿਹਾ ਜੀ 2-4 ਹਜ਼ਾਰ ਬਾਈ ਇਹ ਖਾ ਜਾਂਦਾ ਮੇਰਾ ਕੋਈ ਘਟਣ ਨਹੀਂ ਤਾਂ ਲੱਗਿਆ। ਨਹੀਂ ਬਾਈ ਕਦੇ ਨਿੰਦਰ ਬਾਈ ਸਾਨੂੰ ਅੱਜ ਵੀ ਨਹੀਂ ਜਵਾਬ ਦਿੰਦੇ, ਮੈਨੂੰ ਲੋੜ ਹੁੰਦੀ ਹੈ ਜੀ। ਹੁਣ ਬਾਈ ਠੀਕ ਆ, ਹੁਣ ਤੁਹਾਡੇ ਸਾਹਮਣੇ ਠੀਕ ਆ, ਇਹ ਮੈਨੂੰ ਬਹੁਤ ਖੁਸ਼ੀ ਆ, ਮੈਨੂੰ ਇਹੀ ਤਾਂ ਵੀ ਸੀਜ਼ਨ ਤੱਕ ਮੇਰਾ ਠੀਕ ਹੋ ਜਾਵੇ, ਮੈਨੂੰ ਬੰਦਾ ਨਹੀਂ ਮਿਲਣਾ ਇਹੋ ਜਿਹਾ ਮੁੜ ਕੇ, ਠੀਕ ਨਹੀਂ। ਹਾਂਜੀ ਮੈਨੂੰ ਕਮੈਨ 'ਤੇ ਬਾਈ ਇਹੋ ਜਿਹਾ ਮੁੜ ਕੇ ਬੰਦਾ ਨਹੀਂ ਮਿਲਣਾ, ਤਾਂ ਕਰਕੇ ਬਾਈ ਮੈਂ ਕਰਦਾ ਤਾ ਵੀ ਠੀਕ ਹੋ ਜਾਵੇ। ਚਲੋ ਅਸੀਂ ਵੀਡੀਓ 'ਚ ਕਿਹਾ ਵੀ ਤਾਂ ਭਜਨ ਬਾਈ ਤੁਹਾਨੂੰ ਪਤਾ ਹੀ ਆ ਬਾਈ ਗਰੀਬ ਬੰਦਾ, ਮੈਂ ਤਾਂ ਉਹ ਇੱਥੇ ਹੀ ਕਹਿ ਦਿੱਤਾ ਵੀ ਚਲੋ ਜਿਹੜੇ 5-7 ਦਿਨ ਇਹਨੇ ਮਹੀਨਾ ਘਰਾਂ ਪੈਣਾ ਬਾਈ, ਹਲੇ ਵੀ ਤੱਕ ਕੰਮ ਨਹੀਂ ਲੱਗਿਆ, ਕਹਿ ਦਿਨ ਹੋ ਗਏ ਵਿਹਲੇ ਬੈਠੇ ਨੂੰ। ਮੈਨੂੰ ਹੋ ਗਏ ਜੀ 20-22 ਦਿਨ ਹੋ ਗਏ ਜੀ, 20-22 ਦਿਨ ਹੋ ਗਏ ਵਿਹਲੇ ਬੈਠੇ ਨੂੰ। ਚਲੋ ਕੋਈ ਗੱਲ ਨਹੀਂ, ਫਿਰ ਵੀ ਜਿਹੜੇ ਆਪਾਂ ਸਾਥ ਨਾਲ ਖੜੇ ਹਾਂ ਇਹਦੇ, ਕੋਈ ਇਹੋ ਜਿਹੀ ਗੱਲ ਨਹੀਂ। ਚਲੋ ਬਾਈ ਕੋਈ ਨਹੀਂ, ਕਮੈਂਟ ਮੇਰਾ ਵੀਰ ਜਿਹੜੇ ਵੀਰ ਨੇ ਕਮੈਂਟ ਕਰਿਆ ਉਹਦੇ ਵਾਸਤੇ ਰਿਪਲਾਈ ਆ ਵੀਰੇ, ਕੋਈ ਗੁੱਸਾ ਨਹੀਂ ਹੈਗਾ ਸਾਨੂੰ, ਅਸੀਂ ਸਿਰਫ ਇਹ ਗੱਲ ਦੱਸੀ ਆ ਵੀਰੇ ਇੱਕ ਨਾ ਚੰਗਾ ਨਹੀਂ ਲੱਗਦਾ ਕਿ ਆਪਾਂ ਤੁਸੀਂ ਤਾਂ ਕਮੈਂਟ ਕਰਤਾ, ਹੋਰ ਨੇ ਪੜ੍ਹੇ, ਅਗਲਾ ਕਹਿੰਦਾ ਬੰਦੇ ਇਹੀ ਕੰਮ ਕਰਦੇ ਆ। ਹੋਰ ਭਜਨ ਬਾਈ ਕਿਆ ਬਣਾ ਰਹੇ ਆ ਹੁਣ? ਭਜਨ ਬਾਈ ਤੇ ਕਾਲੀ ਜਾਂ ਕਾਜ ਨਹੀਂ, ਕਾਲੀ ਬਾਈ ਜੀ ਬਹੁਤ ਕਾਲੀ, ਅੰਦਰ ਕੜਾਹੀ ਰੱਖੀ ਹੋਈ ਆ, ਗਰਮਾ ਗਰਮ ਪਕੌੜੇ ਬਣਾਉਣੇ ਬਾਈ ਦੀ ਫਰਮਾਇਸ਼ ਆ ਜੀ ਨਿੰਦਰ ਬਾਈ ਦੀ। ਮੈਂ ਕਿਹਾ ਬਣਾਉਂਦੇ ਪਕੌੜੇ, ਮੈਂ ਕਿਹਾ ਮੀਂਹ ਪੈਂਦਾ, ਕਾਹਦੇ ਵਾਲੇ ਬਣਾਉਣ ਲੱਗੇ ਆ? ਪਾਲਕ ਦੇ ਬਣਾਏਗੇ ਜੀ, ਪਿਆਜ਼ ਪੂਜ ਪਾ ਕੇ ਸੋਹਣੀ, ਧਨੀਆ ਧੁਨੀਆ ਪਾ ਕੇ ਬਣਾਉਂਦੇ ਜੀ ਆਪਾਂ, ਠੰਡ ਬਹੁਤ ਆ ਜੀ। ਚਲੋ ਗਰਮਾ ਗਰਮ ਦਿਖਾਉਂਦੇ ਆ ਬਾਈ ਤੁਹਾਨੂੰ ਪਕੌੜੇ, ਮਾਇਆ ਜੀ ਕੜਾਹੀ ਧਰੀ ਵੀ ਆ, ਦੇਖ ਦੇਖ ਤੂੰ ਬਾਈ, ਮੈਂ ਕਿਤੇ ਪਾਣੀ ਦਾ ਉੱਧਰ ਤੇਲ ਨਾ ਹੀ ਬਣ ਜਾਵੇ, ਤੇਲ ਦਾ ਪਾਣੀ ਨਾ ਬਣ ਜਾਵੇ।
ਬਾਕੀ ਵੀਰੇ ਆਪਾਂ ਕੋਈ ਇਹੋ ਜਿਹੇ ਬੰਦੇ ਨਹੀਂ ਹੈਗੇ ਵੀ ਆਪਾਂ ਕਿਸੇ ਤੋਂ ਕਿਸੇ ਦੇ ਨਾਂ ਤੇ ਪੈਸੇ ਮੰਗਵਾ ਕੇ ਮੈਂ ਰੱਬ ਦਿੰਦਾ ਬਹੁਤ ਵਧੀਆ ਵੀਰੇ ਆਪਾਂ ਆਪਣੇ ਹੀ ਸਹੀ ਟਿਕਾਣੇ ਲੱਗੀ ਜਾਣ ਉਹਦੇ ਵਰਗੀ ਮੌਜ ਨਹੀਂ ਹੈਗੀ। ਚਲੋ ਹੁਣ ਤੁਹਾਨੂੰ ਦਿਖਾਉਂਦੇ ਭਜਨ ਬਾਈ ਦੇ ਪਕੌੜੇ ਪੱਕਦੇ ਆ ਅੰਦਰ ਦੇਖਦੇ ਹਾਂ ਵੀ ਕਾਹਦੇ ਵਾਲੇ ਬਣਾਉਣ ਲੱਗਿਆ। ਬਹੁਤ ਬਾਈ ਇਹ ਕੰਮ ਨੂੰ ਤੇਜ਼ ਆ ਤਾਂ ਹੀ ਵੀਰੇ ਮੈਂ ਕਹਿੰਦਾ ਮੈਨੂੰ ਇਹਦੇ ਵਰਗਾ ਬੰਦਾ ਨਹੀਂ ਮਿਲਣਾ ਹੈਗਾ ਕਿ MP ਜਿਹਾ। ਹੁਣ ਮੈਂ ਰੋਟੀ ਪਾਣੀ ਸਾਰਾ ਦੇਖਭਾਲ ਮਸ਼ੀਨ ਦੀ ਡੀਜ਼ਲ ਕੋਈ ਮੈਨੂੰ ਟੈਨਸ਼ਨ ਨਹੀਂ ਹੈਗੀ ਸਾਰਾ ਇਹਨੇ ਕੰਮ ਕਰਨਾ ਉਹ। ਤਾਂ ਹੀ ਬਾਈ ਇਹਦੇ ਨਾਲ ਆਪਾਂ ਵੀ ਕੋਈ ਇਹਨੂੰ ਕਿਹਾ ਵੀ ਦਮੀ ਨਾ ਕਿਸੇ ਗੱਲ 'ਤੇ ਤੇਰੇ ਨਾਲ ਆ ਮੈਂ ਕੋਈ ਗੱਲ ਨਹੀਂ ਤੇਰਾ ਇਲਾਜ ਆ ਜਿਹੜਾ ਮੈਂ ਕਰਾਊਂਗਾ। ਬਾਕੀ ਜਿੰਨਾ ਕੁ ਹੈਗਾ ਤਾਂ ਬਾਈ ਉਹ ਬੰਦਿਆਂ ਨੇ ਵੀ ਕਰਾਇਆ ਇਲਾਜ ਤਾਂ ਐਂ ਤਾਂ ਕੋਈ ਗੱਲ ਨਹੀਂ ਹਸਪਤਾਲ ਦਾ ਖਰਚਾ ਉਹਨਾਂ ਨੇ ਸਾਰਾ ਦਿੱਤਾ ਇਹਨੂੰ ਹੋਰ ਸਾਈਕਲ ਠੀਕ ਕਰਾਤਾ ਤਾ। ਬਾਕੀ ਫਿਰ ਵੀ ਇਹਨੂੰ ਕਿਹਾ ਵੀ ਤੇਰੇ ਨਾਲ ਆ ਕੋਈ ਗੱਲ ਨਹੀਂ ਹੈਗੀ ਇਹੋ ਜੀ। ਚਲੋ ਹੁਣ ਤੁਹਾਨੂੰ ਭਜਨ ਬਾਈ ਦੇ ਦਿਖਾਉਣਾ ਅੰਦਰ ਪਕੌੜੇ ਪੱਕਦੇ ਆ ਗਰਮਾ ਗਰਮ ਨਾਲੇ ਖਾਂਦੇ ਆ ਨਾਲੇ ਤੁਸੀਂ ਵੀ ਖਾਓ ਕਰੋ ਇੰਜੋਏ ਠੰਡ 'ਚ। ਲਓ ਜੀ ਭਜਨ ਬਾਈ ਦੇ ਪਕੌੜੇ ਬਾਈ ਲੱਗੇ ਹੋਏ ਮੰਡ ਦੇਖੋ ਇੱਧਰ। ਭਜਨ ਬਾਈ ਕਾਹਦੇ ਬਣਾ ਰਹੇ ਹੈ? ਇਹ ਪਾਲਕ ਆ ਜੀ ਵਿੱਚੇ ਧਨੀਆ ਜੀ ਹੈਂ ਔਰ ਵਿੱਚੇ ਭੁੰਖਾਂ ਪਾਈਆਂ ਵੀ ਜੀ ਪਿਆਜ਼ ਹੈ ਜੀ ਹੈਂ ਥੋੜ੍ਹੇ ਥੋੜ੍ਹੇ ਬਰੀਕ ਆਲੂ ਆ ਜੀ। ਭੁੰਖਾਂ ਕਾਹਦੀਆਂ ਹੈ? ਭੁੰਖਾਂ ਆਪਣੀਆਂ ਪਿਆਜ਼ਾਂ ਵਾਲੀਆਂ ਜੀ ਵਿੱਚੇ ਲਸਣ ਦੀਆਂ ਜੀ। ਪਿਆਜ਼ਾਂ ਵਾਲੀਆਂ ਭੁੰਖਾਂ ਅਤੇ ਲਸਣ ਵਾਲੀ ਭੁੰਖਾਂ ਦੇ ਪਕੌੜੇ ਦੇਖੋ ਜੀ ਭਜਨ ਬਾਈ ਦਾ ਮਟੀਰੀਅਲ ਤਿਆਰ ਆ ਕਹਿੰਦੇ ਬਾਈ ਹਲਵਾਈ ਨੂੰ ਵੀ ਮਾਤ ਪਾਉਂਦਾ ਭਜਨ ਬਾਈ। ਚੱਲ ਪਾ ਫੇ ਵਿੱਚ ਦੇਖੀਏ ਹੁਣ। ਲਓ ਜੀ ਮਹਾਰਾਜ ਦੇਹ ਬਣਾ ਕੇ ਦੇਖੀਏ ਸਵਾਦ ਤਾਂ ਦੇਖੀਏ। ਲਓ ਜੀ ਲਓ ਬਣ ਗਿਆ ਜੀ ਆਹ ਦੇਖੋ। ਲਓ ਜੀ ਬਾਈ ਭਜਨ ਬਾਈ ਦੇ ਪਕੌੜੇ ਦੇਖੋ ਬਾਈ। ਭਜਨ ਬਾਈ ਘਰਾਂ ਦਾ ਨਹੀਂ ਕੰਮ ਕਰਦਾ ਹੋਣਾ ਤੂੰ ਕੋਈ ਇਹੋ ਜਿਹਾ? ਤੂੰ ਹੀ ਕਰਦਾ ਹੋਣਾ ਘਰ ਦੇ ਤਾਂ ਨਹੀਂ ਕਰਦੇ ਹੋਣੇ? ਨਹੀਂ ਘਰ ਦੇ ਨਹੀਂ ਕਰਦੇ ਜੀ ਕਈ ਵਾਰ ਇੱਕਣਾ ਸਮਾਨ ਬਣਾਉਣਾ ਜੀ ਹੈਂ ਸਭ ਕੁ ਬਣਾਈ ਜੀ ਆਪੇ ਹੀ ਪਕੌੜੇ ਗੋਲ ਕਰ ਕਰ ਗਏ ਕਰਦੇ ਨੇ ਆਪਣੇ ਕਰਾਉਣਾ ਜੀ ਭਜਨ ਨੂੰ ਟੈਕ ਬੁੱਕ ਲਾ ਲੈਂਦਾ ਪਕੌੜੇ ਬਾਈ ਭਜਨ ਐਨ ਗੋਲ ਕਰਕੇ ਛਿੜਦਾ ਐਨ ਪੂਰੇ ਭਜਨ ਟੈਕ ਵੀ ਲਾ ਲੈਂਦਾ ਲਾ ਲੈਂਦਾ ਬਾਈ ਕਦੇ ਨਾ ਲਾ ਲੈਂਦਾ ਹੈ ਕਿਤੇ ਕਿਤੇ ਲਾ ਲਈਦਾ ਜੀ ਮੂੰਹ ਨਹੀਂ ਡੇਲੀ ਨਹੀਂ ਆਈ ਹੁਣ ਆਪਾਂ ਉਰੇ ਤਾਂ ਕਦੇ ਵੀ ਲੈ ਨਾ ਲਾਉਣਾ ਇੱਧਰ ਦੀਪੂ ਬੈਠਾ ਜੀ ਮਿਲੋ ਦੀਪੂ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਭ ਨੂੰ ਕਿਆ ਕਹਿੰਦਾ ਮੈਂ ਕਿਹਾ ਪੈਗ ਪੁੱਗ ਭਜਨ ਲਾਉਂਦਾ ਕਦੇ ਕਿ ਨਹੀਂ ਨਾ ਲਾ ਲੈਂਦਾ ਐ ਤਾਂ ਪਰ ਜਿਸ ਦਿਨ ਦੇ ਸੱਟ ਵੱਜੀ ਆ ਉਦੋਂ ਦਾ ਇਹ ਪਤਾ ਨਹੀਂ ਕਿਆ ਚੱਕਰ ਵੀ ਸੱਟ ਨੇ ਪੈਗ ਵੀ ਜਿਹੜਾ ਤਾਂ ਪਤਾ ਨਹੀਂ ਕੰਮ ਵਧੀਆ ਮੇਰੀ ਪੈਗ ਲਾਈ ਦੇ ਹੁਣ ਮੈਂ ਲਾਉਂਦਾ ਹੀ ਨਹੀਂ ਹੈਗਾ ਮੇਰਾ ਕਿਹੜਾ ਰਿੰਗਟਾ ਰੁੜਦਾ ਨਾ ਉਹੀ ਤਾਂ ਗੱਲ ਐ ਇਹਨੂੰ ਕਿਹਾ ਵੀ ਲਾ ਟੈਕ ਨਹੀਂ ਭਜਨ ਲਾਉਣਾ ਆਪਾਂ ਨੇ ਕਦੇ ਵੀ ਹੋ ਠੀਕ ਆ ਵਧੀਆ ਵਧੀਆ ਸੈਟ ਆ ਕੰਮ ਬਾਈ ਕਿਰਪਾ ਤੁਹਾਡੀ ਸਬਜ਼ੀ ਦਾ ਕੰਮ ਕਰਦੀ ਐ ਵੀ ਸ਼ੁਰੂ ਸਬਜ਼ੀ ਦਾ ਹੁਣ ਕੱਲ ਤੇ ਮੈਂ ਉਹੀ ਤਾਂ ਕਹਿੰਦਾ ਕੱਲੂ ਤਾਂ ਚੱਕਰ ਆਪਣੇ ਕੋਲ ਲੰਬਾ ਪਰਸੋਂ ਤੇ ਸ਼ੁਰੂ ਕਰੂੰਗੇ ਬਾਈ ਕਰਦੀ ਐ ਸ਼ੁਰੂ ਚੱਲ ਵੇ ਕਰਦੇ ਸ਼ੁਰੂ ਪਰਸੋਂ ਤੋਂ ਬਾਈ ਬਾਕੀ ਭਜਨ ਬਾਈ ਦੀ ਰਾਏ ਲੈ ਲੈਣੇ ਕਿਆ ਕਹਿੰਦਾ ਭਜਨ ਕਿਵੇਂ ਫਿਰ ਹਾਂ ਭਜਨ ਬਾਈ ਸਬਜ਼ੀ ਦਾ ਕੰਮ ਕਿਆ ਕਹਿੰਦਾ ਫਿਰ ਸਬਜ਼ੀ ਦਾ ਕੰਮ ਬਹੁਤ ਵਧੀਆ ਜੀ ਕਰਦੇ ਜੀ ਆਪਾਂ ਹੈ ਕਰਦੇ ਕਰੀਏ ਪਰਸੋਂ ਨੂੰ ਬਾਈ ਸਬਜ਼ੀ ਦਾ ਕੰਮ ਸਾਡਾ ਸਟਾਰਟ ਆ ਪਰਸੋਂ ਤੋਂ ਅਸੀਂ ਕੰਮ ਸਟਾਰਟ ਕਰ ਦੇਣਾ ਬਾਕੀ ਪਕੌੜੇ ਦੇਖ ਲਓ ਭਜਨ ਬਾਈ ਦੇ ਐਨ ਹੋ ਗਏ ਪਰਸੋਂ ਦੇ ਪਹਿਲਾਂ ਹੀ ਜਾ ਕੇ ਅਸੀਂ ਪਕੌੜੇ ਗਰਮਾ ਗਰਮ ਖਾ ਰਹੇ ਸੀ ਖਾਓ ਜੀ ਬਾਈ ਪਕੌੜੇ ਗਰਮਾ ਗਰਮ ਪਾਲਕ ਦੇ ਪਕੌੜੇ ਬਾਈ ਜੀ ਭਜਨ ਬਾਈ ਜਿਹੜੀ ਚੀਜ਼ ਦੇ ਮਰਜ਼ੀ ਬਣਵਾ ਲਾ ਪਕੌੜੇ ਦੇ ਉੱਤੇ ਕੋਈ ਚੀਜ਼ ਦਾ ਮਨਾ ਨਹੀਂ ਕਰਦਾ ਤੂੰ ਹੈ ਨਾ ਹਾਂ ਬਾਈ ਜਿਹੜੀ ਮਰਜ਼ੀ ਚੀਜ਼ ਬਣਵਾ ਲਓ ਜੀ ਬਣਾ ਸਕਦੇ ਜੀ ਆਪਾਂ ਜਿਹੜੀ ਚੀਜ਼ ਦਾ ਮਰਜ਼ੀ ਕਹਦੇ ਵੀ ਆਪਾਂ ਜਨਾਹ ਚੀਜ਼ ਦੇ ਪਕੌੜੇ ਹੁਣ ਜਰੇ ਕਹਿੰਦੇ ਲੈ ਆਪਾਂ ਬਣਾ ਦਿੰਦੇ ਆ ਹਾਂਜੀ ਗੱਲ ਹੋਰ ਇੱਕ ਫੋਨ ਕਰੋ ਜਰੇ ਭੱਜਿਆ ਆ ਜਾਂਦਾ ਹੈ ਵੀ ਹਾਂ ਬਾਈ ਤੁਸੀਂ ਖਾਣਾ ਮੈਂ ਬਣਾ ਕੇ ਦਿੰਦਾ ਤੁਹਾਨੂੰ ਇੱਕ ਜੇ ਫੋਨ ਭਰੇ ਇੱਕ ਫੋਨ ਭਰੇ ਆ ਜਾਂਦਾ ਨਾ ਫੋਨ ਤੇ ਆਉਂਦਾ ਸਾਨੂੰ ਰਿੰਗੇ ਜਾਂਦੇ ਕਹਿੰਦਾ ਆ ਗਿਆ ਬਾਈ ਪਹਿਲੇ ਐ ਰੇਟ ਵੀ ਕੰਮ ਕੇ ਆ ਗਿਆ ਬਾਈ ਆ ਗਿਆ ਕਹਿੰਦਾ ਆ ਗਿਆ ਵੀ ਸਾਰਾ ਕੰਮ ਦਾ ਪੁੱਛ ਲੈ ਤੂੰ ਨਾ ਭਜਨ ਬਾਈ ਠੀਕ ਆ ਬੰਦਾ ਬਾਈ ਯਾਦ ਆ ਹੁਣ ਨਿੰਦਰ ਬਾਈ ਦੀਪੂ ਬਾਈ ਆਪਣੇ ਸਾਥ ਆ ਜੀ ਆਪਾਂ ਨੂੰ ਮਿੰਟ ਦੇ ਵਿੱਚ ਆਪਣੇ ਕੰਮ ਹਾਜ਼ਰ ਆਉਂਦੇ ਜੀ ਉਹ ਚੱਲ ਇਹਦਾ ਚੱਲਦੇ ਰਹਿੰਦੇ ਕੰਮ ਕਾਰ ਆਪਾਂ ਨੂੰ ਵੀ ਆਉਣ ਦਾ ਹੱਕ ਬਣਦਾ ਜੀ ਆਪਣਾ ਅਸੀਂ ਪਰਵਾਹ ਨਹੀਂ ਕਰਦੇ ਯਾਰ ਤੈਨੂੰ ਤੂੰ ਕਿਹਾ ਜਿਹੜੀ ਚੀਜ਼ ਦੀ ਲੋੜ ਦੱਸ ਬਾਈ ਜੀ ਆਪਾਂ ਵੀ ਪਰਵਾਹ ਨਹੀਂ ਕਰਦੇ ਜੇ ਅੱਧੀ ਰਾਤ ਨੂੰ ਫੋਨ ਕਰਦੇ ਹਾਂ ਇੱਧਰ ਭਜਨ ਬਾਈ ਦੇਖੋ ਬਾਈ ਪਕੌੜੇ ਚੱਲਦੇ ਆ ਜੀ ਦੇਖੋ ਲਾਲ ਹੋ ਗਏ ਪਕੌੜੇ ਤਿਆਰ ਆ ਜੀ ਕਹਿੰਦੇ ਚੋਬਰ ਨੇ ਪਕੌੜੇ ਬਣਾ ਤੇ ਅੱਜ ਦੇਖੋ ਜੀ ਝਾੜਨੀਆਂ ਵੀ ਦੋ ਦੋ ਰੱਖੀਆਂ ਹੋਈਆਂ ਇਹ ਰੱਖਣਾ ਪੈਂਦਾ ਜੀ ਸਾਰਾ ਸਮਾਨ ਮਟੀਰੀਅਲ ਵੀ ਦੋ ਦੋ ਰੱਖੇ ਹੋਏ ਝਾਰਨੀਆਂ ਵੀ ਦੋ ਦੋ ਰੱਖੀਆਂ ਹੋਈਆਂ ਤੇ ਰੱਖ ਫਿਰ ਦੇਖੀਏ ਫਿਰ ਟੈਸਟ ਕਰਕੇ ਹਾਂਜੀ ਹਾਂ ਜ਼ਰੂਰ ਦੇਖੋ ਜੀ ਚਲੋ ਬਾਈ ਦੇਖਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਪਕੌੜੇ ਖਾ ਕੇ ਦੱਸਦੇ ਹਾਂ ਵੀ ਕਿੱਦਾਂ ਦੇ ਬਣੇ ਆ ਲਓ ਜੀ ਬਾਈ ਪਹੁੰਚ ਗਏ ਆਪਣੇ ਘਰਾਂ ਭਜਨ ਬਾਈ ਦੇ ਬਾਈ ਪਕੌੜੇ ਵੀ ਬਹੁਤ ਸਵਾਦ ਤੇ ਠੰਡ ਬਹੁਤ ਹੋ ਗਈ ਬਾਈ ਯਾਰ ਬਹੁਤ ਔਖੇ ਆਏ ਹਾਂ ਚਮਕੌਰ ਸਾਹਿਬ ਤੋਂ ਦੀਪੂ ਦਾ ਪਲਾਟ ਆਪਣੇ ਚਮਕੌਰ ਸਾਹਿਬ ਆ ਨਾ ਚਲੋ ਠੀਕ ਆ ਬਾਈ ਜੀ ਸਾਡੀ ਵੀਡੀਓ ਇੱਥੇ ਤੱਕ ਸੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ।